पैसे काट ले नी। कोई नहीं तो नहीं कटे। मैं तंदुरु स्कूटर कटे पैसे तो कटने आन। मोर मेनू तो दस भी मैं स्कूटर करदा पई ते पैसे तू काट ला। नहीं तो तेरे चकोल कोई नहीं चबाला। ए स्कूटर फादे पैसे हुन मेनू कटने पवने। माचिस भौकदी खाली इन्हे को पुछी बिलो माचिस दे सके मुकिया पई नब्बे दी जेब विच काल ला। तेरी नौ दी दवाई लवन जावा मैं अबू जी सुते पैन इन्दी जेब विच 2000 काल लैना। अच्छा अबू जी सुते पैन ते मैं 2000 काल लवा जिवे अबू जी दी जेब विच कमा के गत्ते नहीं ओ जलील दे पोतरा। ओए अब्बा कमाई वाली तू गल छाड़ दे एक दे होवना मितना कमावना तू खुद परेशान हो जासे पर इन गल्ला नु छाड़ और 2000 रुपया दे मैं तेरी नौ दी दवाई लेवण जाऊं डॉक्टर उठ के घर भाग जासे। चुप कर बकवास न कर छोरे की है तेनु कई दवाई लेवो तू। अब्बा मैं बालां दी दवाई लेवां। ओ केड़े बाल बाल तो तुम्हारे जम्मे कोई नहीं अजे। अब्बा बिल्लो दे गोट नु पीड़ है उंदी दवाई लेवण जाऊं। बकवास बात कर ओ आदी मेरे नु बालां दी दवाई चाहिदी तू आने गोटो दिन पीड़े ਤੁਹਾਡੇ ਬਿਆਨ ਹੀ ਨਹੀਂ ਰਲਦੇ ਹੈ ਉਹ ਮੈਨੂੰ ਪਤਾ ਹੈ ਤੁਸਾਂ ਮੇਰੇ ਪੋਤਰੋ ਮੈਂ ਤੁਹਾਡਾ ਨਹੀਂ ਤੇ ਹੁਣ ਅੱਜ ਤੋਂ ਬਾਅਦ 1 ਰੁਪਈਏ ਨਹੀਂ ਤੁਹਾਨੂੰ ਦੇਣਾ ਆਪਣੀ ਕਮਾ ਤੇ ਆਪਣੀ ਖਾ। ਅੱਛਾ ਬਾਜੀ ਫਿਲਹਾਲ ਤਾਂ ਦੇ ਚਾ ਨਾ ਮੈਂ ਸੱਚੀ ਇਹ ਪੁੱਠਿਆ ਦੀ ਜ਼ਲੀਲ ਦੇ ਬੱਚੇ ਆ ਥੋੜੇ ਜਿਹਾ ਤਾਂ ਦੇ ਚਾ ਇੱਥੇ ਕਮਾ ਕੇ ਗੱਤੇ ਨਹੀਂ ਮੇਰੇ ਬੋਚ। ਅੱਪਾ ਮੈਨੂੰ ਹਿੱਤ ਤੇ ਦੱਸ ਬਈ ਇਤਨੇ ਪੈਸੇ ਤੋਂ ਕਬਰਾਂ ਚ ਲੈ ਜਾਵਣੇ ਨਾ ਅੱਜ ਸਾਡੇ ਨਹੀਂ ਕੰਮ ਆਉਣੇ ਤੇ ਤੋਂ ਲੋਕਾਂ ਨੂੰ ਦੇਵਣੇ ਨੇ। ਜਦੋਂ ਕੇ ਪੈਸੇ ਮੇਰੇ ਕੋਲ ਆਏ ਨੇ ਉਦਾਹਰਨ ਦੀ ਤੁਹਾਨੂੰ ਪੀੜ ਪਈ ਖਲੀਏ ਲੂਰ ਲੂਰ ਮੇਰੇ ਇਰਦ ਗਿਰਦ ਭੰਦੇ ਹੁਣ ਆਪਣੇ ਕਮਾਓ ਤੇ ਆਪਣੇ ਖਾਓ 1 ਰੁਪਈਆ ਮੈਂ ਤੁਹਾਨੂੰ ਕੋਈ ਨਹੀਂ ਦੇਣਾ। ਓਏ ਅੱਬਾ 2000 ਨਹੀਂ ਉਹਨਾਂ ਦਿੰਦਾ ਚਲੋ 1000 ਦੇ ਚਾ ਇਹਦਾ ਮੈਂ ਗੋਟ ਤਾਂ ਸਹੀ ਕਰਾਵਾਂ ਦੰਮੀ ਨਾਲ ਇਹਦੇ ਕੋਲ ਆਟਾ ਨਹੀਂ ਗੁੱਜਾ ਗਿਆ। ਮੈਂ ਜਦੋਂ ਤੈਨੂੰ ਆਖਿਆ ਨਾ ਕਿ 1 ਰੁਪਈਆ ਨਹੀਂ ਦੇਣਾ ਤੇ ਨਹੀਂ ਦੇਣਾ ਮੈਂ ਕੋ ਤੂੰ ਕੀ ਕਰਨ ਲਿਖ ਲਿਓ ਅੱਬਾ ਤੇਰੇ ਬਹੁਤ ਜੁ ਡੱਬੀ ਤੀਲਾ ਨੇ ਡਿੱਗੀ ਤੇ ਮੈਂ ਵਿੱਚ ਕਦੀ ਪਿਆ ਸੋ ਇਹ ਡੱਬੀ ਕੋ ਪੈਰ ਨਹੀਂ ਲੱਗਿਆ ਵੀ ਟੁਰ ਵਈ ਸੀ ਕਈ ਹੋਰ ਚੱਕਰ ਆਏ ਪੈਸੇ ਕੱਢੂਆਂ ਤੂੰ ਅੱਬਾ ਕਮਾਲ ਵਾਲੀ ਗੱਲ ਲੈ ਵੀ ਤੂੰ ਤਾਂ ਪੈਸੇ ਪੈਸੇ ਲਾਈ ਬੈਠਾ ਮੈਨੂੰ ਕਿਹੜੀ ਲੋੜ ਹੈ ਚੋਰੀ ਪੈਸੇ ਕੱਢਣ ਦੀ ਤੇ ਮੈਨੂੰ ਪਤਾ ਮੈਂ ਜੁੜਿਆਂ ਦਾ ਵਦਨਾ ਤੇ ਮੈਨੂੰ ਤਕਲੀਫ ਹੁੰਦੀ ਹੈ ਜੋੜ ਕੇ ਅਗ ਲਾ ਚ ਆ ਬੂਵੇ ਦਾ ਹਾਲਾਤ ਵੇਖਦਾ ਪਿਆ ਨਾ ਅਸੀਂ ਬੂਵਾ ਨਹੀਂ ਲਵਾ ਸਕਦੇ ਪਏ ਅੰਦਰ ਕੁੱਤੇ ਹੀ ਵੜ ਜਾਂਦੇ ਤੇ ਬਿੱਲੀਆਂ ਵੀ ਕੋਈ ਨਹੀਂ ਅੰਦਰ ਨੁਕਸਾਨ ਕਰਦੇ ਲਵਾ ਵਾਲੇ ਸਾਂ। ਅੱਬਾ ਜੀ ਹੁਣ ਨਹੀਂ ਉਹਦੇ ਅੰਦਰ ਮੋਰ ਮਜਾਵਾਂ ਹੁਣ ਤੈਨੂੰ ਕਿਹੜੇ ਤਰੀਕੇ ਸਮਝਾਵਾਂ ਮੈਂ। ਅੱਛਾ ਤੇ ਉਹ ਮਜਾਨਾ ਬਗਨ ਬਾਰੀ ਨਾ ਪਿਆ ਮਿਲੋ ਚਾਲ ਤੇ ਨਾਮ ਮੀ ਕੋ ਲੈ ਜਾਣਾ ਉਹਦੇ ਕੋਲ ਤੇਰਾ ਗੋਟ ਮਲਾਮ ਨਾ ਤੇ ਆਮੀ ਅਗਲਾ ਰੁਪਈਆ ਲੈ ਸੀ ਤੇ ਆਪਾਂ ਕਿੱਥੋਂ ਦੇਵਣੇ ਉਹਦਾ ਮਿਨਾ ਤਰਲਾ ਮੈਂ ਕਰ ਲਈ ਸੀ ਚਾਲ ਬਾਈ ਨੇ ਆਪੇ ਤੇਲ ਮਾਲ ਜਾਣਾ ਤੇ ਸਹੀ ਹੋਵੇ ਸੀ ਹੁਣ ਮੇਰਾ ਪਿਓ ਇਹ ਤੂੰ ਗੱਲ ਯਾਦ ਰੱਖਣੀ ਏ ਇਹ ਤੂੰ ਮੇਰਾ ਅੱਜ ਨੌਵਾਂ ਦਾ ਕਦਰ ਨਹੀਂ ਕੀਤਾ। ਆ ਜਾ ਜਾ ਉੱਥੇ ਬਣ ਜਾਂਦੇ ਨੇ ਪੈਸੇ। अस्सलामुअलैकुम यार। वालेकुम सलाम। ठीक है और पैसे काट मेरे। ओ यार छाड़ पैसों नु कदे कोई खुशखबरी भी सुनी कर जा तो आ तेरे पैसों दी बनी खुशखबरी मैं सेरे बाल लेन मैनु पर ना छोड़े तू पैसे दे बस। ओ यार तू आज तू समझ तेरे सेरे बाज गए तो वाजे बाज गए बाज गए। ओ इन गल्ला नाल तो कई आरी वजह मैं जो तेनु आखे मैं नहीं परनी दा मेरे पैसे दे बस। ओ ये गल ना कड्डी हुन मुंह च चुप कर जा हुन मैं रिश्ता वेख के यकीन जान को चेहरा ते एडी एडी अख रान दी ओ रान ने या मां जे एडी एडी आखा दा पिया ये गल्ला तो तू अगे मैनु सुना सुना के ते खमदा रही है। ओ तेरे खादे दा हुन हक अदा करन लग्या। ओ एक मेरा बेली है ओने 100,000 रुपया देना चौधरीयां दा ते चौधरीयां नु बांध लिया। ओ मैं ओनु गिया जनाब मेरे छुड़ावण वास्ते चौधरीयां नहीं छड्या उना का 100,000 रुपया दियो ते बंदा लै जाओ मेरे कोल तां है कोई ना। ओ जड़ा मेरा बेली आ ना उस मैनु ए गल कीती है उसा कह जग्या जिवें जानना है मैनु इत्थे छुड़ा के लै जा 100,000 रुपये दा कोई बंदोबस्त करो। उन्हें आखा मेरी बहन बैठी हुई है ओनू जनाब मेरी मैं ब्याह दसा जड़ा बंदा मैनु 100,000 रुपया देवे
ਉਹ ਲੱਖ ਰੁਪਈਆ ਦੇ ਕੇ ਤੇ ਜਨਾਬ ਮੇਰੀ ਮੈਨੂੰ ਇੱਥੋਂ ਰਿਹਾ ਚ ਕਰਾਵੇ, ਮੈਂ ਉਹਨੂੰ ਭੈਣ ਦਾ ਰਿਸ਼ਤਾ ਦੇ ਸਾ ਤੇ ਜਿਹੜਾ ਬੰਦਾ ਲੈ ਕੇ ਜਾ ਸੀ ਰਿਸ਼ਤਾ ਉਹਨੂੰ ਖਰਚੇ ਕਰਨ ਦੀ ਵੀ ਲੋੜ ਨਹੀਂ। ਨਾ ਕੋਈ ਸੋਨਾ, ਨਾ ਕੋਈ ਗੱਡੀ, ਨਾ ਕੋਈ ਜਨਾਬ ਮੇਰੀ ਬਰਾਤ, ਨਾ ਲਾਣੀ, ਨਾ ਦੇਣੀ। ਉਹ ਮੈਂ ਦਿਲ ਚ ਰੱਖ ਕੇ ਆਇਆ ਅੱਲਾ ਦੇ ਬੰਦਿਆ, ਮੈਨੂੰ ਦੇ ਲੱਖ ਰੁਪਈਆ ਤੇ ਤੇਰਾ ਉੱਤੇ ਜਾ ਕੇ ਮੈਨੇ ਘਾਟ ਕਵਾ। ਉਹ ਗੱਲ ਸੁਣੋ ਮੀਆਂ, ਇਹ ਨੀ ਮੈਂ ਪੈਸੇ ਤੈਨੂੰ ਹੁਣ ਨਹੀਂ ਦਿੰਦਾ, ਜਿਹੜੇ ਦੇਵੜਿਆਂ ਲੱਗੇ ਉਹ ਦੇ ਲੈਣ ਤੇ ਠਗੀ ਲਿਆ ਤੇ ਇੱਥੋਂ। ਗੱਲ ਲਈ ਮੁਕਦੀ ਹੀ ਆ ਕਿ ਛੋਏ ਨੂੰ ਲਾਇਆ ਇੱਥੇ, ਇੱਥੇ ਮੌਲਵੀ ਸਦਾ ਕੇ ਕਰੇ ਸਾਇਨ ਨਿਕਾਹ, ਯਾ ਨਿਕਾਹ ਹੋ ਸੀ ਛੋਏ ਰੱਖ ਸੀ ਨਾ, ਕਬੂਲ ਹੈ ਕਬੂਲ ਹੈ, ਤੂੰ ਆਪਣਾ ਲੱਖ ਲੈ ਲਵੇਂ, ਨਹੀਂ ਤਾਂ ਕੋਈ ਪੈਸੇ ਨਹੀਂ। ਗੱਲ ਮੋਕ ਗਈ, ਠੀਕ ਹੋ ਗਿਆ, ਮੈਂ ਜਾਣਾ ਕੁੜੀ ਨੂੰ ਇੱਥੇ ਲੈ ਆਉਣਾ, ਤੇਰਾ ਨਿਕਾਹ ਕਰ ਦੇਣਾ, ਲੱਖ ਰੁਪਈਆ ਵੀ ਦੇ ਦੇਵੀ ਤੇ ਨਾਲ ਮੇਰੀ ਮਠਿਆਈ ਵੀ ਬਣਦੀ, ਉਹ ਵੀ ਦੇ ਦੇਵੀ। ਉਹ ਠੀਕ ਹੈ ਮੀਆਂ, ਪੈਸੇ ਤਾਂ ਤੂੰ ਪਹਿਲੋਂ ਹੀ ਬੜੇ ਖਾ ਦੇ ਲਾਰੇ ਲਾ ਕੇ, ਨਿਕਾਹ ਜਲੇ ਹੋ ਗਿਆ ਉਸ ਤੋਂ ਬਾਅਦ ਤੈਨੂੰ ਮੋੜੀ ਖੁਸ਼ ਕਰੇ, ਸਭ ਪਰੇਸ਼ਾਨ ਨਾ ਹੋ। ਤਾਂ ਚਲੋ ਠੀਕ ਹੈ, ਤਾਂ ਇਹ ਹੋ ਗਈ ਗੱਲ, ਕਿਆ ਮੈਨੂੰ ਕਿਰਾਇਆ ਤੂੰ ਦੇ ਜਾ। ਕਿਰਾਏ ਕੋ ਨਹੀਂ ਲੈ ਬਾਰਾ, ਕੋਈ ਨਹੀਂ ਯਾਰ, ਤੇਰੇ ਕੰਮਾਂ 'ਚ ਭੱਜਿਆ ਰਹਿੰਦਾ ਦੇ। ਠੀਕ ਹੈ ਬਾ, ਮੈਂ ਗਿਆ ਤੇ ਆਇਆ, ਬਾ ਲੈ ਕੇ ਜਲਦੀ ਆ, ਚੱਲ ਡੋਰਿਆ ਨੰਨੇ ਬਿਰਾ ਨੂੰ ਖੁਸ਼ ਖਬਰੀ ਦੇ ਕਿ ਮੈਂ ਪਰਨੀਂਦਾ ਪਿਆ। ਮੇਰਾ ਪੋਤਰ ਤੇ ਹੁਣ ਤੇਰੀ ਜ਼ਿਆਦਤੀ ਹੈ ਜਿਹੜਾ ਤੂੰ ਲੜ ਤੇ ਜਾਂਦੀ ਪਈ ਹੈ। ਮਾਮਾ ਉਲਟਾ ਮੇਰੀ ਜ਼ਿਆਦਤੀ ਹੈ, ਮੈਂ ਸਾਹਿਬ ਸਬਰ ਕਰ ਲਿਆ, ਸਾਹਿਬ ਨਾਲ ਗੁਜ਼ਾਰਾ ਕਰ ਲੈਣਾ, ਹੁਣ ਇਹਨਾਂ ਤੇ ਮੇਰਾ ਗੁਜ਼ਾਰਾ ਨਹੀਂ ਹੁੰਦਾ, ਹੁਣ ਮੈਨੂੰ ਜਾਵਣ ਦੇ ਤੇ ਮੇਰੇ ਤੇ ਰਾਜ਼ੀ ਰਵੀ। ਨਹੀਂ ਮੇਰੀ ਦੀ, ਮੇਰੀ ਭੈਣ ਕੀ ਸੋਚ ਸੀ ਬਈ ਪੋਤਰ ਤੂੰ ਕੁਟਾ ਤੇ ਰੋਜ਼ਾਨਾ ਮੇਰੀ ਦੀ ਔਰ ਆ ਗੱਲੇ ਖੜਾ ਹੁੰਦਾ, ਇੱਕ ਵਾਰੀ ਰੱਖੀ ਨਾ। ਓ ਇਸ ਤੂੰ ਮਾਫੀ ਮੰਗੋ, ਓਏ ਅੱਬਾ ਮੈਂ ਮਰੋ ਦੋ ਤੇ ਉਲਟਾ ਮਾਫੀ ਮੈਂ ਇਹਦੇ ਕੋਲ ਮੰਗਾ। ਹਾਏ ਹਾਏ, ਓ ਮਾਫੀ ਮੰਗਾ ਨਾ, ਤੇਰੀ ਕੋਈ ਸ਼ਾਨ ਘਟਦੀ ਪਈ ਹੈ। ਓਏ ਅੱਬਾ ਮੈਂ ਤਾਂ ਇਹਦੇ ਕੋਲ ਮਾਫੀ ਮੰਗਣੀ ਕਾਹ ਨਹੀਂ ਆਈ, ਮੇਰੇ ਪਾਰੂ ਘੰਟੇ ਦੀ ਜਾਂਦੀ ਹੁਣੇ ਵਗ ਜਾਵੇ, ਮੈਨੂੰ ਇਹਦੀ ਜ਼ਰੀ ਵੀ ਪਰਵਾਹ ਕਾਹ ਨਹੀਂ। ਓ ਮੰਗ ਲਾਇਆ ਮਾਫੀ ਪਰ ਆਏ ਰੋਲਾ ਮੁਕਾ। ਮਾਮਾ ਮੈਂ ਮਾਫੀ ਮੰਗਵਾਉ ਜੋ ਕੋਈ ਨਹੀਂ ਆ, ਤੂੰ ਉਹਨੂੰ ਕਿਉਂ ਮਜਬੂਰ ਕਰਦਾ ਪਿਆ, ਮੈਂ ਜਾਂਦੀ ਪਈ ਆ, ਮੇਰੇ ਤੇ ਰਾਜ਼ੀ ਰਵੀ, ਮੈਂ ਨਹੀਂ ਰਹਿਣਾ ਚਾਹੁੰਦੀ ਇੱਥੇ। ਓ ਤੂੰ ਤੇ ਇੱਕ ਮਿੰਟ ਮੇਰੀ ਦੇਖ ਖਲੋ ਜਾ, ਉਹ ਸੂਰ ਦੇ ਸੂਰ ਨੂੰ ਮੈਂ ਸਮਝਾਈਂਦਾ ਤੇ ਪਿਆ। ਓਏ ਅੱਬਾ ਤੂੰ ਵੀ ਕੋਈ ਹੋਸ਼ ਨਾਲ ਤਾਂ ਬੋਲਿਆ ਕਰ, ਤੂੰ ਆਪ ਨੂੰ ਆਪੇ ਸੂਰ ਆਖੀ ਜਾਣਾ। ਓ ਦਿਮਾਗ ਤੇ ਮੇਰਾ ਤੂੰ ਚੱਟੀ। ਓ ਖੋਦਾ ਖੋਦਾ ਬਾ ਮੇਰੇ ਨਾਲ ਲਿੱਤਰ ਲਾ ਲੈਣਾ। ਕੰਨ ਫਾੜ, ਕੰਨ ਕੰਨ ਫਾੜ, ਫਤਨਾ ਫਤਨਾ, ਕੰਨ ਫਾੜ ਦੇ। ਹਾਂ ਓ ਮਾਫੀ ਮੰਗਣੀ ਹੈ ਜਾਂ ਨਹੀਂ ਮੰਗਣੀ ਹੈ? ਮੰਗਣੀ ਹੈ। ਹਾਂ ਮੰਗ ਮਾਫੀ, ਮਾਫੀ ਮੰਗ। ਆ ਵੇਖ ਜਿਹੜਾ ਤਨ ਤੇਰੇ ਨਾਲ ਮੈਂ ਕੱਲ ਤੇ ਰਾਤੀ ਲੜਿਆ ਨਾ, ਉਹਦੀ ਮੈਨੂੰ ਮਾਫੀ ਦੇ। ਅੱਬਾ ਵੇਖ ਲੈਣ ਦੇ ਕੰਮ, ਮੈਨੂੰ ਅੱਗੋਂ ਟਿਚਕਲਾ ਕਰਦੀ ਪਈ। ਓਏ ਓ ਜਾਣੇ ਪੁੱਤਰ, ਤੈਨੂੰ ਵੱਡੀ ਆ ਯਾ ਕੀਤਾ ਕਰ। ਓ ਮੇਰੇ ਨੂੰ ਵੱਡੀ ਆ, ਮੈਂ ਉਹਨਾਂ ਨੂੰ ਮਾਂ ਸਾਧ ਲਵਾਂ। ਹਾਂ ਨਿਕਾ ਤਰੋੜੂਂ, ਨਿਕਾ ਤਰੋੜੂਂ, ਦੇ ਰਾਤੀ ਤੁਸੀਂ ਮੇਰੀ ਫਨਾਹ ਕੀਤੀ ਕਰਨ ਦੇ ਤਰੀਕਾ ਕੋ ਤੁਹਾਡਾ। ਮਾਮਾ ਮੈਂ ਸਿਰਫ ਤੇਰੇ ਮੂੰਹ ਨੂੰ ਰੰਦੀ ਪਈਆਂ ਨਹੀਂ, ਤੇ ਇਹਦਾ ਮੈਨੂੰ ਹਯਾ ਹੋਇਆ ਕੋਈ ਨਹੀਂ। ਹਯਾ ਹੋਇਆ ਕੋਈ, ਮਿਹਰਬਾਨੀ ਮੇਰੀ ਦੀ, ਅਹੀਂ ਕਰ ਆ ਗੱਡੜੀ ਸਾਥ ਅੰਦਰ ਰੱਖ। ਹਾਂ ਸ਼ੋਕੇ ਮੇਰੇ ਕੱਪੜੇ ਵਾਲੀ ਗੱਡੜੀ ਚਾਹ ਤੇ ਉੱਤੇ ਟਰੰਗਾਂ ਦੇ ਰੱਖ ਕੇ ਆਵੀਂ, ਮਤਲਬ ਤੱਲੇ ਸਾੜ ਦੇ ਚੂਹੇ ਟੋਕ ਜਾਸਨ, ਮੇਰੇ ਨਵੇਂ ਕੱਪੜੇ ਆ। ਇਹਦਾ ਕੋਈ ਮਾਰ ਤੂੰ ਘੰਟੇ ਤੇ ਮੋੜ ਗੱਡੀ ਖਲੀ ਹੋਸੇ। ਬਿਸਮਿਲਲਾ ਕਰਾ ਮਾਮਾ, ਡੋਰਾ ਵਗਿਆ ਹੁੰਦਾ ਹੈ। ਜੀ ਆ ਮਾਮਾ ਕੀ ਹਾਲ ਹੈ? ਠੀਕ ਹੈ ਮੇਰੀ ਦੀ, ਠਹਿਰੇ ਭਾਈਆ। ਚਾਚਾ ਕੀ ਹਾਲ ਹੈ? ਖੁਸ਼ੀ ਦੀ ਗੱਲ ਹੀ ਨੇ ਭਾਈਆ, ਤੇ ਮੈਂ ਪਤਾ ਕਿਉਂ ਆਇਆ? ਕਿਉਂ ਆਇਆ ਬਾਓ? ਉਹ ਭਾਈਆ ਮੈਂ ਪਰਨੀਂਦਾ ਪਿਆ ਤੇ ਚੱਲੋ ਨਿਕਾਹ ਦੀ ਤਿਆਰੀ ਕਰੋ। ਹਾਏ ਪਰਨੀਂਦਾ ਪਿਆ, ਲੱਭ ਗਈ ਏ। ਹਾਂ ਮੀਆਂ, ਰਿਸ਼ਤੇ ਕਰਾਵਣ ਦੇ ਦੱਸਿਆ ਸੋਹਣੀ ਸਮੱਖੀ ਜੱਟੀ ਤੇ ਐਡੀ ਐਡੀ ਮੋਟੀ ਉਹਦੀ ਅੱਖੇ। ਉਹ ਵੇਖੀ ਚਾਚਾ ਕਿਤੇ ਕੱਟੇ ਤੇ ਨੇ ਕਪੜਾ ਪਾਈ ਬੰਦੇ ਹੋਵਨ, ਜੱਡੀ ਜੱਡੀ ਤੂੰ ਮੋਟੀ ਅੱਖ ਦੱਸਦਾ ਪਿਆ। ਉਹ ਨਹੀਂ ਮੀਆਂ, ਉਹ ਕੋ ਚਗਲ ਬਣਦਾ ਪਿਆ, ਮੈਨੂੰ ਉਸ ਦੱਸਿਆ ਵੀ ਸੋਹਣੀ ਸਮੱਖੀ ਰਾਨੇ। ਲੈ ਸ਼ੌਕੀ ਤੇ ਚੁੱਪ ਕਰ, ਮਾਮੀ ਆਵੇਗੀ, ਢੋਲ ਵੱਜੇਗੇ, ਹਮ ਤਾਂ ਨੱਚਾਂਗੇ। ਪਿਛਲੇ ਪਾਰ ਤਾਂ ਔਲਾਦ ਬਹੁਤ ਪਿਆਰੀ ਲੱਗਦੀ ਹੈ। ਕਿਸੇ ਕੋਲੋਂ ਕਰਨਾ ਨਿਕਾਹ? ਉਹ ਮੀਆਂ ਗਿਆ ਰਿਸ਼ਤਾ ਲਵਣ, ਮੌਲਵੀ ਸਾਦਕੇ ਦੀ ਥਾਂ ਘਰੇ ਛੋਟਾ ਜਿਹਾ ਨਿਕਾਹ, ਅੱਜ ਕਰਨਾ ਸਾਦਕੀ ਦਾ। ਪਤਾ ਨੀ ਚਾਚਾ, ਮੇਰਾ ਆਪਾ ਸ਼ਾਇਦ ਵਾਸ਼ਰੂਮ ਵਿੱਚ ਗਿਆ ਹੋਵੇ, ਉੱਥੋਂ ਇਹਦੀ ਸਲਵਾਰ ਵਿੱਚ ਕਿਰਲੀ ਵੜ ਗਈ ਹੋਵੇ।
गलती हो गई है मारी ना आ चाचा आया चला इन खुशियां का टाइम नानू खबर है मेरी शादी की खुशी का भाई सही याद है छोड़ बाल चगल मार खिलाए ਹੁਣ ਇਹਨ ਸੱਟ ਭਰਾ ਤੇ ਤਿਆਰੀ ਕਰੋ ਤੇ ਚਲੋ ਮੇਰੇ ਨਾਲ ਉਹ ਆਉਣ ਵਾਲੇ ਲੈ ਕੇ ਮੈਂ ਚਾਚਾ ਇਤਨਾ ਵੀ ਬਾਲ ਨਹੀਂ ਇਹਦੇ ਮੂੰਹ ਤੇ ਪੁੱਛਾ ਗਿਆ ਨਾ ਤੇ ਬੁੜਾ ਪਿਓ ਨਾਲ ਮਜ਼ਾਕ ਕਰਦਾ ਹੈ ਬਸ ਚਕਰ ਬਸ ਹੁਣ ਤੂੰ ਕੰਮ ਨੂੰ ਚਾਹ ਨਾ ਬਾਜੋ ਚੱਲੀਏ ਵਿਚਾਰਾ ਚਲਾ ਮਾਮੂ ਚੱਲੀਏ ਚਲੋ ਆਓ ਮਿੰਟ ਮਾਰੋ ਚਲੋ 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 ਮੈਂ ਬੁੱਤ ਨਾ ਖਲੋਵੇਂ ਨਾ ਲੈ ਪਿਛਾ ਹਟ ਪੈ ਖੁਦਾ ਦਾ ਨਾਂ ਹੈ ਸਕੂਟਰ ਆਪਾਂ ਜਾ ਕੇ ਚਾਹ ਲਈਏ ਟੂਪ ਪਾਟੀ ਰੜ ਤੋ ਸਕਦਾ ਹੈ ਨਾ ਤੂੰ ਜ਼ਿਆਦੀ ਮਾਂ ਨਾ ਬਣੀ ਕਰ ਉਹ ਸਹੀ ਜਿੱਤੇ ਖਲੋਤਾ ਨਾ ਖਲੋਤਾ ਰਵੇ ਆਪੇ ਬਚਾ ਲੈ ਉਹ ਤੇਰਾ ਪਿਓ ਪੰਚਰ ਵਾਲਾ ਕੋਈ ਹੋਗਾ ਪਿਛਾ ਨਾ ਕਰ ਲਵੇ ਅਗਾ ਪਿਛਾ ਨਹੀਂ ਕਰ ਸਕਦਾ ਮੈਂ ਉਹਦੇ ਪੂਰੀ ਨਸਲ ਨੂੰ ਜਾਣਨਾ ਨਸਲ ਨੂੰ ਜਾਣਨਾ ਤੇ ਤੇਰਾ ਪਿਓ ਤੈਨੂੰ ਲਿੱਤਰ ਵੀ ਮਾਰ ਸੀ ਮੈਨੂੰ ਨਹੀਂ ਲਿੱਤਰ ਮਰੇਂਦਾ ਮੈਂ ਸੱਬਾ ਮੈਂ ਲਈ ਜਾਂਦਾ ਮੂੰ ਉਹ ਠੁਕੇਲ ਪਿਆ ਸਾਰੀ ਟੂਪ ਲਈ ਦਿੱਤੀ ਗਿਆ ਜਾਂ ਕੋ ਤੂੰ ਚਾਲ ਸਕੂਟਰ ਉਹ ਕੰਜੂਸ ਤੇਰਾ ਪਿਓ ਹੈ ਉਸ ਆਖਣਾ ਜਿਵੇਂ ਟੂਪ ਪਾੜੀ ਨੇ ਉਵੇਂ ਆਦ ਪਲਿਓ ਨਵੀਂ ਪਵਾ ਕੇ ਲਾਇਆ ਔਰ ਅਦੇ ਪੈਸੇ ਮੈਂ ਟੂਪ ਪਵਾ ਕੇ ਸਕੂਟਰ ਚਾਹ ਮੈਂ ਕਿਦੂ ਦੇਵਾਂ ਮੇਰੇ ਕੋਈ ਪੱਲੂ ਨਾਲ ਬਣਾਏ ਹੋਏ ਨਹੀਂ ਮੁੜ ਚੁੱਪ ਕਰਕੇ ਟੁਰੀ ਆ ਯਾ ਮੈਂ ਅੱਬੇ ਨੂੰ ਦੱਸਣਾ ਨਾ ਅੱਬਾ ਮੋਟਰਸਾਈਕਲ ਦਾ ਟੂ ਪਾਟ ਗਈ ਮੁੜ ਵੇਖੀ ਬੇਲੀ ਭਾਈ ਦਾ ਸਕੂਟਰ ਚਾਵਣ ਵਾਸਤੇ ਪਹਿਲੋ ਤੇਰੀ ਚਮੜੀ ਕੁੱਟਸੀ ਤੇ ਮੁੜ ਜਾ ਸੀ ਸਕੂਟਰ ਚਾਵਣ ਮੈਂ ਉਹਨੂੰ ਆਪੇ ਜਵਾਬ ਦੇ ਲਈ ਸਮਾਕ ਸੱਬਾ ਤੇਰੇ ਕੋਲ ਪੈਸੇ ਮੰਗਦਾ ਰਿਹਾ ਤੂੰ ਦਿੱਤਾ ਹੀ ਨਹੀਂ ਇਹ ਨਵਾਂ ਬਵਾਲ ਪ੾ ਗਿਆ ਮੈਂ ਤੈਨੂੰ ਆਂਦੀ ਰਹੀ ਆ ਬੁੱਤਰਾ ਸਕੂਟਰ ਆਰਾਮ ਨਾਲ ਚਲਾ ਤੋ ਇਹ ਹੁਜਕ ਗੱਲ ਸੁਣ ਲੈ ਬੁੱਤ ਨੇ ਮੇਰੀ ਹਫਤਾ ਹੋ ਗਿਆ ਤੇ ਮੇਰੇ ਕੋਲ ਮੋਬਾਈਲ ਲੈ ਕੇ ਗਿਆ ਕਿ ਮੈਂ ਤੈਨੂੰ ਐਲਸੀਡੀ ਪਵਾ ਕੇ ਦੇਣਾ ਤੇ ਤੂੰ ਹਟ ਕੇ ਮੈਨੂੰ ਮੋਬਾਈਲ ਨਹੀਂ ਦਿੱਤਾ ਹੁਣ ਸ਼ਰਾਫਤ ਨਾਲ ਮੈਨੂੰ ਮੋਬਾਈਲ ਦੇ ਉਹ ਮੁਸਕਾਨ ਜੀ ਤੇਰੇ ਵਾਲਾ ਮੋਬਾਈਲ ਮੱਡੇ ਤੇ ਲੈ ਗਿਆ ਮੂੰ ਉਹ ਪੁਰਾਣਾ ਮਾਡਲ ਹੈ ਮਿਸਤਰੀਆਂ ਦੇ ਪੈਣੇ ਦੇ ਨਾਲ ਦੀ ਐਲਸੀਡੀ ਲੱਭਦੀ ਨਹੀਂ ਐਡਾ ਵੀ ਉਹ ਬਾਬੇ ਆਦਮ ਦੇ ਦੌਰ ਦਾ ਮੋਬਾਈਲ ਨਹੀਂ ਹੈ ਜਿਹੜੀ ਉਹਦੀ ਐਲਸੀਡੀ ਨਹੀਂ ਪੈਂਦੀ ਤੂੰ ਮੇਰਾ ਮੋਬਾਈਲ ਉਹਨਾਂ ਕੋਲ ਵਾਪਸ ਲੈ ਕੇ ਦੇ ਚ ਮੈਂ ਆਪੇ ਪਵਾ ਲਈ ਸਾਂ ਉਹ ਤਾਂ ਮੈਂ ਲਾ ਆਇਆ ਤੇਰਾ ਮੋਬਾਈਲ ਘਰ ਪਿਆ ਚੱਲ ਫਿਰ ਮੈਨੂੰ ਚਾਹ ਕੇ ਦੇ ਹਾਂਜੀ ਮੇਰੀ ਭੈਣ ਮੈਨੂੰ ਇੱਕ ਗੱਲ ਤਾਂ ਦੱਸ ਤੋਏ ਜੋ ਮੋਬਾਈਲ ਇਹਨੂੰ ਦਿੱਤਾ ਵੀ ਠੀਕ ਕਰਵਾ ਕੇ ਮੈਨੂੰ ਦੇ ਬੂਤਨਾ ਕੋ ਤੇਰਾ ਵਿੰਗਾਰੀ ਹੈ ਤੈਨੂੰ ਆਪ ਨੂੰ ਦੁਕਾਨਾ ਕੋ ਨਹੀਂ ਦਿਸਦੀਆਂ ਨਹੀਂ ਮੇਰੀ ਭੈਣ ਹੈ ਮੇਰੇ ਨਾਲ ਐਵੇਂ ਗਰਮ ਨਾ ਹੋ ਤੇਰਾ ਸਾਈਂ ਆਪੇ ਚਾਹ ਕੇ ਲੈ ਗਿਆ ਇੱਕ ਤੇ ਮੈਨੂੰ ਆਖਿਆ ਸੀ ਮੈਂ ਤੈਨੂੰ ਪਵਾ ਕੇ ਲਿਆ ਦੇ ਸਾਂ ਤੂੰ ਟੇਕ ਕਰਿਆ ਕਰ ਜਿੰਨਾਂ ਦੀਆਂ ਸ਼ਹੀ ਹੋਵੇ ਨਾ ਉਹ ਆਪੇ ਜਾ ਕੇ ਠੀਕ ਕਰਵਾਈਆਂ ਕਰ ਉਹ ਮਾਂ ਬਣਵਾਵਣ ਜਾਵਣਾ ਕੋਈ ਨਾ ਬੇਗਮ ਜੀ ਮੇਰੇ ਇੱਕ ਬੇਲੀ ਹੈ ਮੋਬਾਈਲ ਆਲਾ ਤਲਹਾ ਮੈਂ ਕੋਹਦੇ ਕੋਲ ਸਸਤੀ ਲਾਭ ਜਾਸੀ ਐਲਸੀਡੀ ਤਾਂ ਲੈ ਗਈਆਂ ਚਲ ਟਰ ਮਣਾਉਣ ਚਾਹ ਦੇ ਆਜੋ ਆਜੋ ਓਏ ਹੁਣ ਕਿਵੇਂ ਗੰਨੂ ਵੱਟਾ ਬਾਣ ਕੇ ਬੈਠੀ ਆ ਵੇਖ ਲੈ ਮੇਰੀ ਮੰਨ ਜਾ ਮੈਂ ਕਿਵੇਂ ਮੰਨ ਜਾਵਾਂ ਜੱਗਿਆ ਮੈਂ ਘਰੋਂ ਨਸੀ ਤੇਰੇ ਨਾਲ ਮੈਂ ਹੁਣ ਉਹਦੇ ਨਾਲ ਕਿਵੇਂ ਨਿਕਾਹ ਕਰ ਲਵਾਂ ਉਹ ਨਿਕਾਹ ਕੌਣ ਤੇਰਾ ਉਹਦੇ ਕਰਵਾਉ ਹੈ ਉਦੋਂ ਤਾਂ ਆਪਾਂ ਪੈਸੇ ਛਿਕਣੇ ਹਨ ਉਹ ਆਪਾਂ ਯਾ ਗਏ ਤਾਂ ਉਹਨੂੰ ਮੈਂ ਆਖਣਾ ਪੈਸੇ ਦੇ ਨਿਕਾਹ ਤੋਂ ਪਹਿਲੇ ਪੈਸੇ ਯਾ ਮੇਰੇ ਹੱਥੀ ਲੱਗਦੇ ਗਏ ਮੈਂ ਤੈਨੂੰ ਲੈ ਕੇ ਅੱਲਾ ਦੇ ਬੰਦੀ ਕਿਸੇ ਬਹਾਨੇ ਨਾਲ ਨਾਸ ਜਾਣਾ ਉਦੋਂ ਆਪਾਂ ਲੱਖ ਰੁਪਈਆ ਲੈਣਾ ਉਹੀਓ ਲੱਖ ਆਪਾਂ ਆਦੇ ਦੋਵੇਂ ਨਿਕਾਹ ਤੇ ਲਾ ਲਈ ਸਰ ਨਿਕਾਹ ਤੇ ਲਾ ਲੈ ਸੇ ਮੈਨੂੰ ਇਹ ਅਜੇ ਕੰਮ ਨਹੀਂ ਚੰਗਾ ਲੱਗਦਾ ਉਹ ਮੈਂ ਪਾਗਲ ਹਾਂ ਮੈਂ ਆਦੀ ਜਾਨ ਦਾਗਾ ਨਿਕਾਹ ਦੇ ਸਾਂ ਉਹ ਤੂੰ ਮੇਰੀ ਗੱਲ ਸਮਝਦੀ ਨਹੀਂ ਪਈ ਮੈਂ ਇਸ ਵਜ੍ਹਾ ਤੋਂ ਕੌੜਾ ਘੁੱਟ ਭਰਦਾ ਪਿਆ ਵੀ ਅਗਾਂ ਆਪਣੇ 2-4 ਮਹੀਨੇ ਸਕੂਨ ਨਾਲ ਲੱਗ ਜਾ ਸੇ ਵੇਖ ਲੈ ਜੱਗਿਆ ਉਹ ਨਾ ਸੱਚੀ ਬੂੜਾ ਖੱਪੜ ਨਿਕਾਹ ਕਰ ਲਵੇ ਓਏ ਬੁੱਢੇ ਖੱਪੜ ਨਾ ਤੇਰਾ ਨਹੀਂ ਨਿਕਾਹ ਆਵਣ ਦਿੰਦਾ ਜਿਵੇਂ ਮੈਂ ਗਿਆ ਪੈਸੇ ਕੱਢਣ ਦੀ ਕੋਸ਼ਿਸ਼ ਕਰਨੀ ਆ ਪੈਸੇ ਮੇਰੇ ਹੱਥੀ ਲੱਗ ਗਿਆ ਮੈਂ ਤੈਨੂੰ ਲੈਂਦਾ ਹੋਣਾ ਤੇ ਤਿਤਰੀਆਂ ਆਵਾਜ਼ ਆ ਜੱਗਿਆ ਜਲਦੀ ਕਰ ਨਾ ਵੀ ਮੇਰੀ ਮਾਂ ਦੇ ਵੀ ਹਾਲ ਹਾਲ ਹੋਣੀ ਕੱਲ ਦੀ ਮੈਂ ਤੇਰੇ ਨਾਲ ਨਿਕਲੀ ਹੋਈ ਤੇ ਮੈਨੂੰ ਲੈ ਕੇ ਨਿਕਲ ਚਾ ਮੈਂ ਆਣਾ ਮੈਂ ਉੱਥੇ ਮਿੰਟ ਲਾ ਸਾ ਤੂੰ ਆ ਜਾ ਗਾ ਟੋਰ ਮੇਰਾ ਪੁੱਤਰ ਕੋਈ ਹੋਰ ਰਹਿੰਦਾ ਗਾਰੇ ਚ ਪਰਨੀਵਣ ਵਾਲਾ ਜਿਹੜਾ ਉਹਨਾਂ ਨੂੰ ਮੈਂ ਪਹਿਲੂ ਪਰਨਾਵਾ ਉਹ ਮੇਰੇ ਵਾਲੀ ਜੋ ਮਰ ਗਈ ਮਾਂ ਤੇਰੀ ਤੇ ਮੁੜ ਮੈਂ ਹੀ ਪਰ ਨਹੀਂ ਬਣਾ ਨਾ ਅੱਬਾ ਤੋ ਸਾਨੂੰ ਤਾਂ ਪਹਿਲੇ ਨਹੀਂ ਦੱਸਿਆ ਬੇ ਮੈਂ ਪਰ ਨਹੀਂ ਹਾਂ ਹਾਏ ਅੱਬਾ ਇਹ ਪਰਨਾਉਣ ਵਾਲੀ ਲੂਤੀ ਕਾ ਤੈਨੂੰ ਲਾ ਛੱਡੀ ਉਹ ਮੇਰਾ ਪੁੱਤਰ ਮੈਨੂੰ ਲੂਤੀ ਕਾ ਲਾਉਣੀ ਹੈ ਮੈਂ ਤਾਂ 1.5-2 ਸਾਲ ਤੂੰ ਕਿਸੇ ਬੰਦੇ ਦੇ ਜ਼ਿੰਮੇ ਲਾਏ ਹੋਇਆ ਹੈ ਕਿ ਮੇਰਾ ਰਿਸ਼ਤਾ ਲਾ ਤੇ ਮੈਨੂੰ ਪਰਨਾ ਹਾਂ ਬਿੱਲੋ ਤਾਂ ਅੱਬਾ ਪੈਸਾ ਇਕੱਠਾ ਕਰੇਂਦਾ ਵਦਾ ਆਪਾਂ ਮੰਗਦੇ ਆਸੇ ਤੇ ਨਾ ਹੀ ਦੇਂਦਾ ਹੁਣ ਮੈਨੂੰ ਕੀ ਦੱਸਣਾ ਹੈ ਖਿਡਾਵੀ ਆਪ ਦੇ ਭੈਣਾ ਭਰਾ ਨਿੱਕੇ ਨਿੱਕੇ ਚੁੱਪ ਹੈ ਓਏ ਅੱਬਾ ਇਹ ਤੂੰ ਕੀ ਕਹਿੰਦਾ ਪਿਆ ਹੈ ਓਏ ਇਹ ਗੱਲ ਤਾਂ ਮੈਂ ਅੱਗੇ ਵੀ ਕੀਤੀ ਹੈ ਬਈ ਜਿਹੜਾ ਬੂਤਰਾ ਉਹ ਆਪ ਦੇ ਭਰਾ ਨੂੰ ਡਾਕ ਤੇ ਚਾਹ ਕੇ ਤਾਂ ਬਾਹਰ ਖਿਡਾਇਆ ਕਰ ਸੀ ਹਾਂ ਤੇ ਠੀਕ ਹੈ ਨਾ ਇੱਕ ਡਾਕਟਰ ਦੇ ਪੁੱਤ ਨੂੰ ਚਾਹਿਆ ਸੀ ਤੇ ਇੱਕ ਡਾਕਟਰ ਦੇ ਭਰਾ ਨੂੰ ਚਾਹਿਆ ਸੀ ਕਿਸੇ ਨੂੰ ਕੁਲਫੀ ਲੈ ਕੇ ਦੇ ਸੀ ਤੇ ਕਿਸੇ ਨੂੰ ਮੱਛੀਆਂ ਲੈ ਕੇ ਦੇ ਸੀ
ਓਏ ਬੂਤਣਾ ਮੇਰੇ ਪੁੱਤ ਨੂੰ ਗੰਦੀਆਂ ਚੀਜ਼ਾਂ ਨਾ ਲੈ ਕੇ ਖਵਾਵੀਂ, ਅੱਛੀ ਚੀਜ਼ ਪੈਕਿੰਗ ਵਾਲੀ ਲੈ ਕੇ ਦਿੱਤਾ ਕਰੀਂ। ਪੈਕਿੰਗ ਇਹ ਤੱਬਾ ਮੋ ਨਸਵਾਰ ਏ, ਉਹ ਲਾ ਦਿਆ ਕਰਾਂ। ਚਟਕ ਲਾਣਾ ਤੇਈ ਨਸ਼ੇ ਵਾਲੀ ਚੀਜ਼ ਤੇ ਲਾਵੇਂ ਮੇਰੀ ਆਵਣ ਵਾਲੀ ਔਲਾਦ ਨੂੰ। ਆਏ ਲੋ ਤਾਂ ਅਖੇ ਜਾਮ ਮੁਕਿਆ ਨਹੀਂ ਤੇ ਨੱਕ ਨਾਨਕਿਆ ਤੇ ਉਹ ਹਲੇ ਪਰਨੀਤ ਸਹੀ ਮੁਰਬਾਣਾ ਦੇ ਖਾਬ ਵੇਖ ਲਵੇਂ। ਵੇ ਮਾਮਾ ਆਏ ਕੌਣ ਆਂਦੇ ਪੈਨੇ? ਓਏ ਇਹੋ ਤਾਂ ਹੈ ਰਿਸ਼ਤਾ ਕਰਾਉਣ ਵਾਲਾ ਤੇ ਮੈਨੂੰ ਲੱਗਦਾ ਨਾਲ ਤੇਰੀ ਹੋਣ ਵਾਲੀ ਮਾਮੀ ਹੈ। ਵਾਹ 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 ਜੀ ਵਾਹ ਸਦਕੇ ਮਾਸ਼ਾਅੱਲਾ, ਨਜ਼ਰ ਨਾ ਲੱਗੇ ਕਹਿ ਕੜਮੇ ਦੀ। ਓਏ ਭੂਤਨਿਆ ਬਾਜ ਮੌਲ ਵੀ ਸਾਦਾ। ਓਏ ਹੋਏ ਭੂਤਨਾ ਤੇਰੇ ਪਿਓ ਨੂੰ ਤਾਂ ਇੱਕ ਸਾਈ ਪਾਇ ਗਈ। ਚਾਹ ਚੜੇ ਬੈਠੇ ਸੋ ਨਾ ਪਰ ਨਹੀਂ ਵਣਦੇ। ਅੱਛਾ ਬੂ ਮੈਂ ਸਾਜ ਲਮਨਾ ਮੌਲਵੀ ਨੂੰ। ਓ ਇੱਕ ਮੈਂ ਠਹਿਰੀ ਬਾਉ। ਓਏ ਓ ਮੀਆਂ ਉਰਾ ਮੈਨੂੰ ਦੇ ਪੈਸੇ ਜਿਹੜਾ ਦਾ ਵਿਰਾਹ ਉੱਥੇ ਰੋਂਦਾ ਪਿਆ, ਉਹ ਕਹਿੰਦਾ ਮੈਨੂੰ ਛੁਡਾ ਕੇ ਲੈ ਜਾਓ, ਮੈਂ ਵੀ ਨਿਕਾਹ ਦੇ ਵਿੱਚ ਬਸ। ਓ ਮੀਆਂ ਜਿਵੇਂ ਆਪਣੀ ਤੈਅ ਹੋਈ ਹੈ ਨਾ, ਪਹਿਲੇ ਉਹਨੇ ਨਿਕਾਹ ਹੋ ਸੀ, ਨਿਕਾਹ ਹੋਣ ਤੋਂ ਬਾਅਦ ਅਸੀਂ ਦੋਵੇਂ ਜੀ ਰਲ ਕੇ ਤੇ ਇਹਦੇ ਵਿਰਾਹ ਨੂੰ ਲਾਇਮ ਸਾਂ ਛੁਡਾ ਕੇ। ਓ ਯਾਰ ਮੈਂ ਤੇਰੀ ਇਨਸਾਨੀਅਤ ਦੇ ਨਾਤੇ ਆਉਂਦਾ ਪਿਓ, ਦੇ ਪੈਸੇ ਉਹ ਵੀ ਆਦੀ ਭੈਣ ਦੇ ਨਿਕਾਹ ਚਾਤ ਬਹਿ ਜਾ ਸੀ। ਤੇ ਕੀ ਰੋਲਾ, ਕੋਈ ਸਾਨੂੰ ਵੀ ਦੱਸ। ਓ ਮੇਰਾ ਪੁੱਤਰ ਤੇਰਾ ਮਾਮਾ ਕਹਿ ਮਸਲੇ 'ਚ ਫਸੇ ਹੋਇਆ ਉੱਥੇ ਤੇ ਉਹਨੂੰ ਛੁਡਾਉਣਾ ਹੈ। ਕਿਹੜਾ ਮੇਰਾ ਮਾਮਾ? ਓ ਤੇਰੀ ਹੋਣ ਵਾਲੀ ਮਾਂ ਦਾ ਵਿਰਾਹ। ਵੇ ਭੂਤਨਿਆ ਆਏ ਕੁੱਤੀ ਚੀਕਾਂ ਛੱਡ ਦੇ, ਮੇਰਾ ਮੋਬਾਈਲ ਮੈਨੂੰ ਚਾਹ ਕਰੇ, ਮੈਂ ਤਾਂ ਜਾਵਾਂ। ਆ ਬਿੱਲੋ ਆ ਇਹਦਾ ਤਾਂ ਮੋਬਾਈਲ ਚਾਹ ਦੇ ਅੰਦਰ ਬਕਸ 'ਚ ਪਏ, ਇਹਨਾਂ ਤਾਂ ਮਗਰੋਂ ਲਾਈਏ। ਚਾਹ ਦੇਣੀ ਆ ਜਲਦੀ, ਚਾਹ ਕਲਾਣੇ ਤੇ ਬੈਠਾ ਰਹਾ ਸੀ ਟੁਕੜੇ। ਓ ਯਾਰ ਤੂੰ ਰ ਮੈਨੂੰ ਪੈਸੇ ਦੇ, ਰਾਨ ਇੱਥੇ ਬੈਠੀ, ਮੈਂ ਤੇ ਵਿਰਾਹ ਲਿਆਵਾਂ ਵੀ ਨਿਕਾਹ ਸ਼ਾਮਲ ਹੋ ਜਾਸੀ, ਤੁਸੀਂ ਮੌਲਵੀ ਦਾ ਬੰਦੋਬਸਤ ਕਰ ਲਓ। ਓ ਭਾਈਆ ਮੈਂ ਜੋ ਤੈਨੂੰ ਆਖਿਆ ਹੈ ਯਕੀਨ ਕਰ ਮੇਰੀ ਗੱਲ ਤੇ, ਨਿਕਾਹ ਹੋ ਜਾਂਦਾ ਤੇ ਜਾ ਕੇ ਉਹਨੂੰ ਰਲਾਮ ਨਾ ਪੈਸੇ ਭਰ ਕੇ। ਓਏ ਆ ਕੀ ਹੋ ਗਿਆ? ਤਾਰ ਮੌਲਵੀ ਨੂੰ ਜਲਦੀ ਲੈ ਕੇ ਆ। ਅੱਛਾ ਬੂ ਹਾਂ ਭਾਈਆ ਨੀ ਬਿੱਲਾ ਵਾ, ਮੈਂ ਜਾਂਦੀ ਪਈ ਆ, ਤੇਰਾ ਸਾਈ ਆ ਜਾਵੇ ਨੇ ਤੇ ਮੇਰਾ ਮੋਬਾਈਲ ਗਲਾਵੀ ਚ। ਠੀਕ ਹੈ ਮਸਕਾਨ, ਹੁਣ ਤੂੰ ਵਾਗ ਜਾ ਤੇ ਨਿਮਾਸ਼ੀ ਤੇਰਾ ਮੋਬਾਈਲ ਤੇਰੇ ਮਗਰੇ ਪਹੁੰਚੋ ਸੀ, ਅੱਗੇ ਤੇਰੇ ਮੋਬਾਈਲ ਦੀ ਵਜ੍ਹਾ ਨਾਲ ਮੇਰੀ ਤਾਂ ਹੁਣ ਜਾਨ ਹੀ ਨਿਕਲੀ ਆਈ। ਚਲੋ ਠੀਕ ਹੈ। ਓਏ ਇੱਕ ਮਿੰਟ ਬਾਵੇਂ ਨਾ, ਬਾਉ ਦਾ ਅੱਜ ਨਿਕਾਹ ਹੈ, ਕੋਈ ਦੋ ਗਾਣਿਆਂ ਤੇ ਠੁਮਕੇ ਲਾਵੀਂ, ਤੈਨੂੰ ਕੋਈ ਚਾਰ ਵੇਲਾ ਹੋ ਜਾਸਣ। ਚਾਚਾ ਚਾਰ ਵੇਲਾ ਮੈਨੂੰ ਕਿੱਥੇ ਹੋ ਜਾਸਣ, ਇਹਨੇ ਤਾਂ ਕਦੀ ਅੱਜ ਜੁੱਤੀ ਕੱਪੜੇ ਤੇ 10 ਰੁਪਏ ਨਹੀਂ ਲਾਏ ਤੇ, ਇਹਨੇ ਵੇਲਾ ਮੈਨੂੰ ਕਿੱਥੋਂ ਦੇਣੀਆਂ ਨੇ? ਤੂੰ ਬਾਏ ਮੈਂ ਕਟਵਾ ਦੇ ਸਤੈਂ। ਤੂੰ ਮੇਰੇ ਲਈ ਨਾ ਵੇਖ, ਮੈਂ ਇਹਦੇ ਕੋਲ ਗੱਡਾ ਲਈ ਆਪਣੇ ਖਰੇ ਨੇ। ਉਹ ਮੁਸਕਾਨ ਮੌਲਵੀ ਦੇ ਆਉਂਦੇ ਤੇ ਕੰਮ ਤਾਂ ਸ਼ੁਰੂ ਕਰ, ਉਹ ਜੱਟ ਤੇ ਸ਼ੁਗਲਾ ਤਾਂ ਬਣਾਈਏ ਆਪਾਂ। ਆਪਾਂ ਸ਼ੁਗਲਾ ਬਣਾ ਲੈਨੇ, ਪਹਿਲੇ ਤੁਸੀਂ ਮੈਨੂੰ ਮੁਬਾਰਕ ਤੇ ਦੇਵੋ। ਮੁਬਾਰਕ ਤੈਨੂੰ ਤਾਂ ਸੀ, ਮੇਰਾ ਪਿਓ ਤੂੰ ਕੰਮ ਸ਼ੁਰੂ ਕਰ। ਜਿੰਨਾ ਨੇ ਕਿਹਾ ਸੀ ਪੈਸੇ ਨਾ ਵੇਖੀਏ, ਸਾਡਾ ਜਿਸਮ ਨਹੀਂ ਖੁੱਲਦਾ। ਪੈਸੇ ਤੈਨੂੰ ਵਿਖਾ ਲੈਨੇ, ਸ਼ੁਰੂ ਕਰ। ਹਾਂਜੀ ਸਰ, ਮੋਬਾਈਲ ਦੀ ਲੋਕੇਸ਼ਨ ਤਾਂ ਪਤਾ ਕਰੇ ਨਾ। ਠੀਕ ਹੈ ਸਰ, ਮੈਂ ਉਹਨੇ ਚੈੱਕ ਕਰ ਲੈਣਾ। ਮੇਰੇ ਬੱਚੇ ਕੋ ਜਲਤੀ ਜਲਤੀ ਮੇਰੀ ਦੀ ਲੱਭਦੇ ਹੋ। ਬੇਬੇ ਤੂੰ ਚੁੱਪ ਕਰਕੇ ਖੜੀ ਹੋ, ਅਸੀਂ ਲੱਭਦੇ ਹੀ ਪਏ ਆ। ਸਰ ਜੀ ਆਪਾਂ ਲੋਕੇਸ਼ਨ ਦੇ ਮੁਤਾਬਕ ਪਹੁੰਚ ਖੜੇ ਆ, ਆ ਘਰ ਹੀ ਅਗਲਾ ਘਰ। ਚਲੋ ਆਓ ਪਤਾ ਕਰੀਏ। ਠੀਕ ਹੈ। ਪੁਲਿਸ ਕਿਤੇ ਜਾਂਦੀ ਪਈ ਹੈ, ਬੁਤਲੇ ਇਹਨਾਂ ਦੇ ਮਗਰੇ ਰਹੋ, ਮੌਲਵੀ ਨੂੰ ਬਾਤ ਤੇ ਸਾਧ ਲੈਣ। ਸਰ ਜੀ ਇੱਧਰ ਵੇਖੋ ਨਾ, ਕਿਆ ਕੰਜਾ ਖਾਨਾ ਖੁੱਲਾ ਖਲਿਆ ਹੈ। ਮੇਰੀ ਧੀ ਲਈ ਵਧਾ ਨਹੀਂ, ਕੁੜੀ ਕਿੱਥੇ ਦੱਸ ਮੈਨੂੰ। ਤੂੰ ਕੀ ਕਰੂ ਰਜ਼ੀਲ ਆ, ਉਵੇਂ ਤਾਂ ਸਾਨੂੰ ਦੇਂਦਾ ਨੀ, ਤੇਰੇ ਕੇਸ ਤੇ ਲਾ ਦੇਸਾਂ।
तंजो मजा से भरपूर वीडियोस देखने के लिए रचनावी टीवी 2 को सब्सक्राइब जरूर कर दें।